ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਸ਼ਨੀਵਾਰ ਨੂੰ ਹੋਏ ਫਾਇਰਿੰਗ ਮਾਮਲੇ ਦੇ ਬਾਅਦ ਹੁਣ ਲਗਾਤਾਰ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ। ਜਿੰਨੇ ਵੀ ਗੇਟ ਨੇ ਉੱਥੇ ਹੁਣ ਚੈਕਿੰਗ ਕੀਤੀ ਜਾ ਰਹੀ ਹੈ। ਅਸੀਂ ਮੌਜੂਦ ਹਾਂ ਮੈਡੀਏਸ਼ਨ ਸੈਂਟਰ ਜਿੱਥੇ ਇਹ ਪੂਰਾ ਵਾਰਦਾਤ ਹੋਈ ਸੀ, ਪੂਰੀ ਫਾਇਰਿੰਗ ਹੋਈ ਸੀ। ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ, ਜਿਹੜਾ ਐਕਿਊਜ਼ਡ ਹੈ ਸਸਪੈਂਡਿਡ AIG ਉਸਨੂੰ ਵੀ ਕਾਬੂ ਕਰ ਲਿਆ। ਲੇਕਿਨ ਇਹ ਪੂਰੀ ਪਲੈਨਿੰਗ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਸੀ, ਇਹ ਸਾਰੇ ਹੁਣ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪਿਸਟਲ ਕਿੱਥੋਂ ਲੈ ਕੇ ਆਇਆ, ਪੂਰਾ ਪਲੈਨ ਤਰੀਕੇ ਨਾਲ, ਜਿਹੜਾ ਜਿਨ੍ਹਾਂ ਦੇ ਨਾਂ ਸਾਹਮਣੇ ਆ ਰਹੇ ਹੈ ਉਹ ਉਹਨਾਂ ਦੇ ਨਾਲ ਸ਼ਾਮਿਲ ਸੀਗੇ ਜਾਂ ਨਹੀਂ ਸੀਗੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਨ 'ਚ ਜੁੜ ਗਈ ਹੈ। ਲੇਕਿਨ ਕਈ ਚੀਜ਼ਾਂ ਦਾ ਸਵਾਲੀਆ ਨਿਸ਼ਾਨ ਵੀ ਖੜਾ ਹੁੰਦਾ। ਇਹ ਉਸੇ ਤਰ੍ਹਾਂ ਦਾ ਸਪੋਰਟ ਹੈ, ਹਾਲਾਂਕਿ ਇਸ ਨੂੰ ਪੂਰਾ ਕਵਰ ਕਰ ਲਿਆ ਗਿਆ, ਇਹਦਾ ਕ੍ਰਾਈਮ ਸੀਨ ਜਿਹੜਾ ਉਹ ਰੀਕ੍ਰੀਏਟ ਕੀਤਾ ਜਾ ਰਿਹਾ ਕਿ ਆਖਿਰ ਹੋਇਆ ਸੀ, ਕਿਉਂਕਿ ਇਹ ਮੈਡੀਏਸ਼ਨ ਨੰਬਰ 4 ਅਤੇ ਮੈਡੀਏਸ਼ਨ ਨੰਬਰ 1 ਇੱਥੇ ਜਿਹੜਾ ਹੈਗਾ ਉਹ ਪਹੁੰਚੇ ਸੀਗੇ। ਜਦ ਇਹਨਾਂ ਦੀ ਪੂਰੀ ਆਪਸ 'ਚ ਜਿਹੜੀ ਗੱਲਬਾਤ ਹੋਣੀ ਸੀ, ਆਪਸ 'ਚ ਜਿਹੜਾ ਇਹਨਾਂ ਦਾ ਇਹਨਾਂ ਨੂੰ ਤਾਰੀਖ 'ਤੇ ਬੁਲਾਇਆ ਸੀਗਾ, ਔਰ ਉਸੀ ਵੇਲੇ ਜਦ AIG ਜਿਹੜਾ ਸਸਪੈਂਡਿਡ ਹੈ ਸਿੱਧੂ, ਉਸਨੇ ਫਾਇਰਿੰਗ ਕਰ ਦਿੱਤੀ ਔਰ ਇਸੇ ਥਾਂ 'ਤੇ ਹਰਪ੍ਰੀਤ ਜਿਹੜਾ ਹੈਗਾ, ਹਾਲਾਂਕਿ ਹਜੇ ਵੀ ਬਲੱਡ ਦੇ ਨਿਸ਼ਾਨ ਹੈ ਕਿਉਂਕਿ ਹਜੇ ਫੋਰੈਂਸਿਕ ਟੀਮ ਅਤੇ ਕ੍ਰਾਈਮ ਸੀਨ ਜਿਹੜਾ ਉਹ ਪੂਰਾ ਰੀਕ੍ਰੀਏਟ ਕਰਨਾ, ਇਸ ਕਰਕੇ ਪੂਰਾ ਇਹ ਬੰਦ ਕੀਤਾ ਹੋਇਆ, ਇਹ ਪੂਰਾ ਏਰੀਆ ਹੀ ਬੰਦ ਕੀਤਾ ਹੋਇਆ। ਤੁਹਾਨੂੰ ਦੱਸ ਦਈਏ ਕਿ ਮੈਡੀਏਸ਼ਨ ਨੰਬਰ 1 ਮੈਡੀਏਸ਼ਨ ਨੰਬਰ 2 ਇਸੇ ਥਾਂ 'ਤੇ ਜਿਹੜਾ ਹੈਗਾ ਇੱਥੇ ਪਹੁੰਚਿਆ ਸੀਗਾ ਅਤੇ ਇਸੇ ਰੂਮ ਦੇ ਵਿੱਚ ਉਹਨਾਂ ਦੀ ਮੈਡੀਏਸ਼ਨ ਚੱਲ ਰਹੀ ਸੀਗੀ ਜਦ ਇਹ ਬਾਹਰ ਆ ਕੇ ਅਚਾਨਕ ਹਰਪ੍ਰੀਤ 'ਤੇ ਫਾਇਰਿੰਗ ਹੁੰਦਾ। ਹਾਲਾਂਕਿ ਹੁਣ ਤੱਕ ਦੀ ਜਿਹੜੀ ਇਸ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਵਿੱਚ ਪਹਿਲਾਂ ਬਹਿਸਬਾਜ਼ੀ ਹੋਈ ਹੈ, ਇੱਥੇ ਹੀ ਖੜ ਕੇ ਬਹਿਸਬਾਜ਼ੀ ਹੋਈ ਹੈ, ਔਰ ਬਹਿਸਬਾਜ਼ੀ ਤੋਂ ਬਾਅਦ ਸਿੱਧੂ ਨੇ ਪਿਸਟਲ ਕੱਢੀ ਅਤੇ ਪਿਸਟਲ ਹਰਪ੍ਰੀਤ ਸਿੰਘ ਨੂੰ ਮਾਰ ਦਿੱਤੀ। ਹਾਲਾਂਕਿ ਇਹ ਪੂਰੇ ਸਪੋਟ ਵੀ ਦੱਸੇ ਗਏ ਨੇ ਕਿ ਕਿੱਥੇ ਕਿੱਥੇ ਇਹ ਪੂਰਾ ਫਾਇਰ ਹੋਇਆ, ਇਸ ਥਾਂ 'ਤੇ ਫਾਇਰ ਹੋਇਆ ਜਿੱਥੇ ਇਹ ਪੂਰਾ ਵਾਈਟ ਕਲਰ ਦਾ ਗੋਲਾ ਲਾਇਆ, ਫਾਇਰ ਇੱਥੇ ਹੋਇਆ, ਬਿਲਕੁਲ ਦਰਵਾਜ਼ੇ ਦੇ ਨਾਲ ਫਾਇਰ ਹੋਇਆ। ਉੱਥੇ ਵੀ ਜਿਹੜਾ ਹੈਗਾ ਫਾਇਰ ਕੀਤਾ ਗਿਆ, ਉੱਥੇ ਵੀ ਕਾਟਰੇਜ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ, ਜਿਹੜਾ ਸੈਕਿੰਡ ਪੁਆਇੰਟ ਹੈ। ਥਰਡ ਪੁਆਇੰਟ 'ਤੇ ਵੀ ਕਾਟਰੇਜ ਜਿਹੜਾ ਰਿਕਵਰ ਕੀਤਾ ਗਿਆ ਅਤੇ ਇਸੇ ਥਾਂ 'ਤੇ ਹਰਪ੍ਰੀਤ ਨੂੰ ਇਹ ਬਿਲਕੁਲ ਸੈਂਟਰ ਪੁਆਇੰਟ 'ਤੇ ਵੀ ਇਹ ਜਿਹੜਾ ਨਿਸ਼ਾਨ ਲਾਇਆ ਗਿਆ ਫੋਰੈਂਸਿਕ ਟੀਮ ਵੱਲੋਂ। ਇਹ ਪੂਰਾ ਇਹ ਕ੍ਰਾਈਮ ਸੀਨ ਜਿਹੜਾ ਹੈ ਉਹ ਰੀਕ੍ਰੀਏਟ ਕੀਤਾ ਜਾ ਰਿਹਾ ਪੁਲਿਸ ਵੱਲੋਂ, ਔਰ ਪੁਆਇੰਟ ਟੂ ਪੁਆਇੰਟ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਪਹਿਲਾਂ ਹੀ ਮਨਸ਼ਾ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਸੀ, ਇਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਅਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਵੈਪਨ ਲੈ ਕੇ ਆਇਆ ਗਿਆ ਸੀ ਸਿੱਧੂ ਵੱਲੋਂ ਉਹ ਪਹਿਲਾਂ ਹੀ ਪਲਾਨ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ। ਹਾਲਾਂਕਿ ਇਹ ਪੂਰਾ ਏਰੀਆ ਜਿਹੜਾ ਉਹ ਕਵਰ ਕਰ ਦਿੱਤਾ ਗਿਆ ਮੈਡੀਏਸ਼ਨ ਨੰਬਰ 1 ਦੇ 4 ਬਿਲਕੁਲ, ਔਰ ਇਸ ਤੋਂ ਅੱਗੇ ਜਾ ਕੇ ਵਾਸ਼ਰੂਮ ਹੈ, ਵਾਸ਼ਰੂਮ ਦੇ ਨਾਲ, ਕਿਉਂਕਿ ਇਹ ਸਾਰੇ ਹੁਣ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਰਹੀ ਹੈ ਉਸ ਟਾਈਮ ਦੇ ਸਰਕਮਸਟਾਂਸਿਸ ਕੀ ਸੀਗੇ ਔਰ ਕਿਸ ਤਰ੍ਹਾਂ ਪਲਾਨ ਤਰੀਕੇ ਦੇ ਨਾਲ ਔਰ ਕਿਸ ਕਿਸ ਨੇ ਸਿੱਧੂ ਦੀ ਮਦਦ ਕੀਤੀ। ਇਹ ਬਹੁਤ ਸਾਰੇ ਸਵਾਲ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀ ਹੈ ਉਹ ਰਹੀ ਹੈ ਔਰ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਕਿਹੜਾ ਕਿਹਦਾ ਨਾਂ ਸਾਹਮਣੇ ਆਉਂਦਾ, ਇਹ ਬਹੁਤ ਜ਼ਰੂਰੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜਿਹੜੀ ਪੰਜਾਬ।